ਬੀਤੇ ਦਿਨੀ ਬਟਾਲਾ ਵਿਖੇ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਦਰਦਨਾਕ ਹਾਦਸੇ ਦੇ ਜ਼ਖਮੀਆਂ ਦਾ ਹਾਲ ਚਾਲ ਜਾਣਨ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਸਿਵਲ ਹਸਪਤਾਲ ਆਏ ਸਨ। ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਘਟਨਾ ਵਾਲੇ ਸਥਾਨ ਅਤੇ ਸਿਵਲ ਹਸਪਤਾਲ ਵਿੱਚ ਕਰਫਿਊ ਲੱਗਾ ਹੋਵੇ। ਸੁਰੱਖਿਆ ਮੁਲਾਜ਼ਮਾਂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਜੋਸਫ ਸਮੇਤ ਕਈ ਸੀਨੀਅਰ ਕਾਂਗਰਸੀਆਂ ਨੂੰ ਨੇੜੇ ਵੀ ਨਹੀਂ ਫਟਕਣ ਦਿੱਤਾ, ਜਿਸ ਕਰਕੇ ਕਾਂਗਰਸੀਆਂ ਵਿੱਚ ਪ੍ਰਸ਼ਾਸਨ ਪ੍ਰਤੀ ਕਾਫੀ ਗੁੱਸਾ ਵੀ ਵੇਖਣ ਨੂੰ ਮਿਲਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਈ ਕਾਂਗਰਸੀ ਤਾਂ ਆਪਣੇ ਅਕਾਵਾਂ ਦੇ ਕਰਕੇ ਪੁਲਿਸ ਦੀਆਂ ਰੋਕਾਂ ਵਿੱਚ ਲੰਘਣ ਵਿੱਚ ਕਾਮਯਾਬ ਵੀ ਹੋ ਗਏ, ਪਰ ਬਹੁਤਿਆਂ ਦਾ ਹਾਲ ਆਪਣੀ ਸਰਕਾਰ ਵਿੱਚ ਵਿਰੋਧੀਆਂ ਤੋਂ ਵੀ ਮਾੜਾ ਹੀ ਨਜ਼ਰ ਆਇਆ, ਜਿਸ ਕਰਕੇ ਚਰਚਾ ਚੱਲਣ ਲੱਗ ਪਈ ਹੈ ਕਿ ਜਿਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਵੀ ਆਪਣੇ ਲੀਡਰ ਨੂੰ ਨਹੀਂ ਮਿਲ ਸਕਦੇ, ਉੱਥੇ ਆਮ ਆਦਮੀ ਦੀ ਕੀ ਸੁਣਵਾਈ ਹੋਣੀ ਹੈ।